ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਸਾਹਿਬ ਜੀ ਦੋਹਰਾ ਗੌਰੀ ਪੁੱਤਰ ਗਣੇਸ਼ ਪਾਦ ਬੰਦੋ ਬਾਰੰਬਾਰ ਕਾਰਜ ਸਿੱਕੀਚੈ ਸਿੱਧ ਮਮ ਦੇਹੁਸ ਬੁੱਧ ਉਦਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਕਟ ਰਹਿਓ ਵਿਆਪੇ। ਐਸੇ ਆਦਿ ਪੁਰਖ ਪਰਮਾਤਮਾ ਸਾਰੀ ਘਟਾਂ ਦੇ ਵਿਆਪਕ ਨਿਰਗੁਣ ਸਰਗੁਣ ਸਰੂਪ ਅਕਾਲ ਪੁਰਖ ਗੁਰੂ ਜਨ ਉਸਤਾਦ ਜਨ ਵਿਦਿਆਰਥੀਗਨ ਸਮੂਹ ਸਾਧ ਸੰਗਤ ਅੱਜ ਅਕਾਲ ਪੁਰਖ ਪਾਤਸ਼ਾਹ ਦੀ ਬਖਸ਼ਿਸ਼ ਨਾਲ ਪ੍ਰਬੋਧ ਚੰਦਰ ਨਾਟਕ ਇਸ ਗ੍ਰੰਥ ਦੀ ਵਿਚਾਰ ਆਰੰਭ ਹੋਈ ਹੈ। ਦੇਖੋ ਵਿਦਿਆਰਥੀਆਂ ਲਈ ਵਿਦਵਾਨਾਂ ਨੇ ਮਹਾਂਪੁਰਖਾਂ ਨੇ ਇੱਕ ਲੜੀ ਬਣਾਈ ਹੈ। ਉਸ ਲੜੀ ਵਿੱਚ ਵਾਰੋ ਵਾਰੀ ਪਹਿਲਾਂ ਸੁਖੈਨ ਫਿਰ ਥੋੜ੍ਹਾ ਉਸ ਤੋਂ ਔਖਾ ਫਿਰ ਥੋੜ੍ਹਾ ਉਸ ਤੋਂ ਔਖਾ ਗ੍ਰੰਥ ਚੱਲਦੇ ਜਾਂਦੇ। ਜਿਵੇਂ ਪਹਿਲਾਂ ਅਸੀਂ ਊੜਾ ਆੜਾ ਸਿੱਖਦੇ ਹਾਂ ਫਿਰ ਮੁਹਾਰਣੀ ਫਿਰ ਬਾਲ ਉਪਦੇਸ਼ ਫਿਰ ਆਸਤਾ ਆਸਤਾ ਅੱਖਰ ਜੋੜ ਕੇ ਸ਼ਬਦ ਬਣਦੇ ਅੱਗੇ ਚੱਲ ਜਾਂਦਾ ਹੈ। ਇਸੇ ਤਰ੍ਹਾਂ ਇਹਨਾਂ ਗ੍ਰੰਥਾਂ 'ਚ ਪਹਿਲਾਂ ਸਾਰ ਕੁਤਾਵਲੀ ਫਿਰ ਭਾਵਰ ਸਾਮ੍ਰਿਤ ਫਿਰ ਵਿਚਾਰ ਮਾਲਾ ਚੜੱਕਿਆ ਨੀਤੀ ਆਦਿ ਇਹਨਾਂ ਦੀ ਲੜੀ ਬਣੀ। ਉਹ ਅੱਗੇ ਔਖੇ ਤੋਂ ਔਖੇ ਹੋਈ ਜਾਂਦੇ ਅਤੇ ਉਹਨਾਂ ਗ੍ਰੰਥਾਂ 'ਚ ਇੱਕ ਗ੍ਰੰਥ ਹੈ ਪ੍ਰਬੋਧ ਚੰਦਰ ਨਾਟਕ। ਇਹ ਗ੍ਰੰਥ ਮਹਾਨ ਵਿਦਵਾਨ ਹੋਏ ਪੰਡਿਤ ਗੁਲਾਬ ਸਿੰਘ ਜੀ। ਹੁਣ ਲੋਕ ਸੁਣਦੇ ਸਾਰ ਪੰਡਿਤ ਸੁਣਦੇ ਨਾ, ਪੰਡਿਤ ਕੋਈ ਹਿੰਦੂ ਹੋਵੇਗਾ ਲੋਕਾਂ ਦੇ ਮਨ 'ਚ ਆ ਜਾਂਦਾ। ਪੰਡਿਤ ਇੱਕ ਵਿਦਵਾਨ ਦਾ ਤਖੱਲਸ ਹੁੰਦਾ ਸੀ, ਬਾਣੀ 'ਚ ਵੀ ਆਉਂਦਾ ਨਾ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੋਧਾ ਹੈ। ਇੱਕ ਪਦਵੀ ਮਿਲਦੀ ਸੀ ਪੰਡਿਤ ਦੀ, ਜਿਵੇਂ ਅਸਲ ਸ਼ਾਸਤਰੀ ਪਦਵੀ ਹੈ, ਆਚਾਰਿਆ ਹੈ, ਜਿਵੇਂ ਡਾਕਟਰ ਦੀ ਪਦਵੀ ਹੈ, ਗਿਆਨੀ ਪਦਵੀ ਹੈ ਨਾ, ਭਾਈ ਦੀ ਪਦਵੀ ਹੈ। ਭਾਈ ਦੀ ਪਦਵੀ ਸਿੰਘ ਸਾਹਿਬ ਦਿੰਦੇ ਨੇ, ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਅਤੇ ਪਦਵੀਆਂ ਮਿਲਦੀ ਸੀ, ਗਿਆਨੀ ਫਲਾਣਾ ਗਿਆਨੀ। ਅਤੇ ਪਦਵੀ ਪੰਡਿਤ ਦੀ ਮਿਲਦੀ ਸੀ ਖਾਲਸਾ ਜੀ ਉਸ ਨੂੰ ਜਿਹੜਾ ਬੜਾ ਵਿਦਵਾਨ ਹੋਵੇ, ਜਿਵੇਂ ਪੰਡਿਤ ਨਾਰਾਇਣ ਸਿੰਘ, ਪੰਡਿਤ ਕਰਤਾਰ ਸਿੰਘ ਦਾਖਾ, ਪੰਡਿਤ ਤਾਰਾ ਸਿੰਘ ਨਰੋਤਮ, ਪੰਡਿਤ ਗੁਰੂ ਕੇ ਪਿਆਰੇ ਗੁਲਾਬ ਸਿੰਘ। ਇਹਨਾਂ ਦਾ ਜੀਵਨ ਜੋ ਆਪ ਜੀ ਨੇ ਪਹਿਲਾਂ ਵੀ ਪੜ੍ਹਿਆ ਹੈ ਇਤਿਹਾਸ, ਇਹਦੀ ਭੂਮਿਕਾ ਵਿੱਚ ਕਿਵੇਂ ਵਿੱਦਿਆ ਗ੍ਰਹਿਣ ਕੀਤੀ ਇਹਨਾਂ ਨੇ, ਭਾਵੇਂ ਜਾਤ ਇਹਨਾਂ ਦੀ ਛੋਟੀ ਸੀ, ਪੜ੍ਹਾਉਣ ਵਾਲੇ ਉਸਤਾਦ ਵੀ ਉਹ ਵੀ ਧਿਆਨ ਰੱਖਦੇ ਸਨ ਵੀ ਛੋਟੀ ਜਾਤ ਨੂੰ ਪੜ੍ਹਾਉਣਾ ਨਹੀਂ, ਪਰ ਦੇਖੋ ਸੇਵਾ ਕਰਕੇ ਇਹਨਾਂ ਨੇ ਕਿਵੇਂ ਵਿੱਦਿਆ ਲਈ। ਸੇਵਾ ਵੀ ਘਰ ਦੇ ਭਾਂਡੇ ਮਾਂਜੇ, ਕੱਪੜੇ ਧੋਤੇ, ਬੱਚਿਆਂ ਨੂੰ ਖਿਡਾਇਆ, ਖਿਡਾ ਕੇ ਫਿਰ ਕਹਿ ਲਓ ਬੱਚਿਆਂ ਦਾ ਕਹਿ ਲਓ ਪ੍ਰੇਮ ਐਸਾ ਪਾ ਲਿਆ ਕਿ ਪੰਡਿਤ ਜੀ ਨੇ ਆਖਿਆ ਵਿੱਦਿਆ ਦੇਵਾਂਗਾ ਪਰ ਇੱਕ ਸ਼ਰਤ ਹੈ, ਦੂਰ ਬੈਠ ਕੇ ਸੁਣੋਗੇ, ਮੈਂ ਪੜ੍ਹਾਂਗਾ ਤੁਸੀਂ ਸੁਣੋਗੇ, ਬਸ ਤੁਹਾਨੂੰ ਗ੍ਰੰਥ ਖੋਲ੍ਹਣ ਦਾ ਮੇਰੇ ਸਾਹਮਣੇ ਅਧਿਕਾਰ ਨਹੀਂ ਹੋਵੇਗਾ। ਇਹ ਐਸੀ ਵਿੱਦਿਆ ਨੀਤੀ। ਜਦੋਂ ਦੇਖੋ ਇੰਨੇ ਵਿਦਵਾਨ ਪੜ੍ਹ ਕੇ ਵੀ ਅਖੀਰ 'ਤੇ ਕੀ ਹੋਇਆ, ਦੂਜੇ ਪੰਡਿਤਾਂ ਨੇ ਈਰਖਾ ਕਰਕੇ ਇਹਨਾਂ ਸਾਰੇ ਗ੍ਰੰਥ ਖੋਹ ਵੀ ਲਏ ਸਨ, ਅਗਨ ਭੇਟਾ ਕਰਦੇ ਸਨ। ਇਹ ਚਾਰ ਗ੍ਰੰਥ ਬਚੇ ਸਨ ਇਹਨਾਂ ਦੇ, ਪਹਿਲਾ ਹੈ ਭਾਵਰ ਸਾਮ੍ਰਿਤ, ਦੂਜਾ ਹੈ ਖਾਲਸਾ ਜੀ ਪ੍ਰਬੋਧ ਚੰਦਨ ਨਾਟਕ, ਤੀਜਾ ਖਾਲਸਾ ਜੀ ਰਮਾਇਣ। ਜਿਹਨੂੰ ਦੇਖੋ ਰਮਾਇਣ ਵੀ ਦੋ ਤਰ੍ਹਾਂ ਦੀ ਹੈ, ਇੱਕ ਰਮਾਇਣ ਹੈ ਜਿਹੜੀ ਵਾਲਮੀਕਿ ਰਮਾਇਣ, ਦੂਜੀ ਹੈ ਅਧਿਆਤਮ ਰਮਾਇਣ। ਵਾਲਮੀਕਿ ਰਮਾਇਣ ਹੈ ਕਵੀ ਸੰਤੋਖ ਸਿੰਘ ਜੀ ਦੀ, ਅਧਿਆਤਮ ਰਮਾਇਣ ਇਹਨਾਂ ਦੀ ਹੈ। ਚੌਥਾ ਗ੍ਰੰਥ ਹੈ ਇਹਨਾਂ ਦਾ ਮੋਕਸ਼ ਪੰਥ। ਇੱਕ ਦੋ ਹੋਰ ਗ੍ਰੰਥਾਂ ਦਾ ਜ਼ਿਕਰ ਵੀ ਆਉਂਦਾ ਜਿਹਨੂੰ ਕਹਿੰਦੇ ਗੁਰ ਪ੍ਰਣਾਲੀ। ਗੁਰ ਪ੍ਰਣਾਲੀ ਦਾ ਜ਼ਿਕਰ ਕੀਤਾ ਭਾਈ ਰਣਧੀਰ ਸਿੰਘ ਰਿਸਰਚ ਸਕਾਲਰ ਵਾ, ਉਹਨਾਂ ਨੇ ਗ੍ਰੰਥ ਐਡਿਟ ਕੀਤਾ ਹੈ ਗੁਰ ਪ੍ਰਣਾਲੀਆਂ, ਜੋ ਛਪੀ ਹੈ
ਸਿੱਖ ਇਤਿਹਾਸ ਰਿਸਰਚ ਬੋਰਡ ਵਿੱਚ ਵੱਲੋਂ 1977 ਨੂੰ, ਅਤੇ ਉੱਥੇ ਉਹਨਾਂ ਨੇ 14 ਗੁਰਪੁਰਬ ਜ਼ਿਕਰ ਕੀਤਾ। ਉਹਨਾਂ 'ਚ ਵੀ ਜ਼ਿਕਰ ਆਉਂਦਾ ਗੁਰਪ੍ਰਣਾਲੀ ਦਾ, ਪੰਡਿਤ ਗੁਲਾਬ ਸਿੰਘ, ਦੋ ਜ਼ਿਕਰ ਆਉਂਦਾ ਗੁਰਪ੍ਰਣਾਲੀ ਵੱਲੋਂ ਦੀਆਂ, ਅਤੇ ਇਹਨਾਂ ਨੇ ਉਹ ਵੀ ਕੀਤਾ ਹੈ। ਇਸ ਕਰਕੇ ਦੇਖੋ ਕਹਿਣ ਦਾ ਭਾਵ ਕਿ ਇਤਨੀ ਕਠਿਨਾਈ ਨਾਲ ਵਿੱਦਿਆ ਲਈ, ਪਰ ਫਿਰ ਵੀ ਪੰਡਿਤਾਂ ਨੇ ਈਰਖਾ ਕਰਕੇ ਸਾਰੇ ਗ੍ਰੰਥ ਅਗਨ ਪੇਟਾ ਕਰਤੇ। ਜਿਹੜੇ ਗ੍ਰੰਥ ਬਚ ਗਏ ਸਨ ਜਾਂ ਬਾਅਦ ਵਿੱਚ ਕੁਝ ਲਿਖੇ ਗਏ, ਉਹ ਸਾਂਭੇ ਗਏ ਬਸ, ਅਤੇ ਉਹ ਸਾਡੇ ਸਾਹਮਣੇ ਆਏ ਹਨ, ਪੰਨ ਦੀ ਝੋਲੀ 'ਚ ਇਹਨਾਂ ਨੇ ਪਾਏ। ਅਤੇ ਵਿਦਵਾਨਾਂ ਨੇ ਉਹ ਤਾਂ ਇੱਥੇ ਦਰਸਾਏ ਹਨ ਵੀ ਕਿਵੇਂ ਕਿਵੇਂ ਦੇਖੋ ਬੰਦੇ ਨੂੰ ਗਿਆਨ ਮਿਲ ਜਾਵੇ। ਦੂਜੀ ਗੱਲ ਤਾਂ ਪ੍ਰਬੋਧ ਚੰਦ ਨਾਟਕ ਹੈ, ਇਹਦਾ ਨਾਮ ਕਿਉਂ ਰੱਖਿਆ ਗਿਆ? ਪ੍ਰਬੋਧ ਚੰਗੀ ਤਰ੍ਹਾਂ ਬੋਧ, ਪਰ ਚੰਗੀ ਤਰ੍ਹਾਂ ਬੋਧ ਪ੍ਰਾਪਤ ਕਰਨਾ। ਪ੍ਰਬੋਧ ਚੰਦ ਨਾਟਕ ਇੱਕ ਨਾਟਕ ਦਰਸਾਇਆ ਹੈ, ਇੱਕ ਮੰਚ ਉੱਤੇ ਕਾਮ ਕਰੋ ਲੋਮ ਓਂਕਾਰ ਸੱਸ ਲੋਕ ਦਿਆ ਧਰਮ ਵਿਵੇਕ ਅਤੇ ਅਵਿਵੇਕ ਦਾ ਯੁੱਧ ਹੁੰਦਾ ਹੈ। ਮੰਚ 'ਤੇ ਦੋਵੇਂ ਵਾਰ ਵਾਰੀ ਆਉਂਦੇ, ਦੋਵੇਂ ਆਪਣੇ ਕੌਤਕ ਵਹਾ ਕੇ ਚਲੇ ਜਾਂਦੇ, ਜਿਨ੍ਹਾਂ ਦਾ ਪੱਲੜਾ ਭਾਰੀ ਉਹ ਜਿੱਤ ਜਾਵੇਗਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇੱਕ ਬਾਣੀ ਦਰਸਾਈ ਹੈ ਜਿਹਦਾ ਨਾਮ ਹੈ ਅਵਤਾਰਾਂ ਵਿੱਚ ਸ਼ਿਵਜੀ ਦੇ ਦੋ ਅਵਤਾਰ ਹਨ, ਦੱਤਾਤ੍ਰੈ ਅਤੇ ਪਾਰਸਨਾਥ ਅਵਤਾਰ। ਪਾਰਸਨਾਥ ਅਵਤਾਰ ਦੇ ਵਿੱਚ ਉਹ ਗਿਆਨ ਆਉਂਦਾ ਹੈ ਵਿਵੇਕ ਅਵਿਵੇਕ ਦਾ ਯੁੱਧ, ਵਿਵੇਕ ਅਗਿਆਨ, ਅਵਿਵੇਕ ਅਗਿਆਨ ਅਤੇ ਵਿਵੇਕ ਗਿਆਨ, ਗਿਆਨ ਅਤੇ ਅਗਿਆਨ ਦਾ ਯੁੱਧ ਹੁੰਦਾ ਹੈ। ਉਹ ਸੇਮ ਘਟਨਾ ਇੱਥੇ ਵਾਪਰਦੀ ਹੈ, ਗਿਆਨ ਅਗਿਆਨ ਦਾ ਯੁੱਧ ਹੋ ਰਿਹਾ ਹੈ। ਇਸ ਕਰਕੇ ਜਿਹੜਾ ਪ੍ਰਬੋਧ ਨਾਟਕ ਹੈ, ਜਿਹੜਾ ਗਿਆਨ ਨੂੰ ਪ੍ਰਾਪਤ ਕਰ ਲਵੇ ਆਪਣੇ ਅਗਿਆਨ ਨੂੰ ਖਤਮ ਕਰਕੇ, ਉਹਨੂੰ ਗਿਆਨ ਮਿਲੇਗਾ ਨਾ। ਤਾਂ ਕਹਿੰਦੇ ਪ੍ਰਬੋਧ ਚੰਦਨ ਨਾਟਕ ਇਹ ਗ੍ਰੰਥ ਦਾ ਨਾਮ ਰੱਖਿਆ ਗਿਆ। ਅਤੇ ਆਓ, ਅਤੇ ਹੋਰ ਕਈ ਵਿਦਵਾਨਾਂ ਨੇ ਇਹਦਾ ਕਹਿ ਲਓ ਟੀਕਾ ਵੀ ਕੀਤਾ, ਜਿਵੇਂ ਪੰਡਿਤ ਨਾਰਾਇਣ ਸਿੰਘ ਜੀ ਲਾਹੌਰ ਮੁਜੰਗਾ ਵਾਲਿਆਂ ਨੇ ਇਹਦਾ ਟੀਕਾ ਕੀਤਾ, ਹੋਰ ਕਈ ਵਿਦਵਾਨਾਂ ਨੇ ਕੀਤਾ ਹੈ। ਆਓ, ਜਿਵੇਂ ਪਾਤਸ਼ਾਹ ਕਿਰਪਾ ਕਰਨਗੇ, ਸੰਖੇਪ ਜੀ ਵਿਚਾਰ ਹੁੰਦੀ, ਉਹ ਬੜੀ ਡੂੰਘੀ ਵਿਚਾਰ ਤਾਂ ਪਰਮਾਤਮਾ ਜਾਣਦਾ ਹੈ, ਵਿਦਿਆਰਥੀ ਦਾ ਵਿਚਾਰ ਹੁੰਦੀ ਇੱਕ ਤੁਰਨ ਲਈ, ਰਾਹ ਪੈਂਡੇ ਪੈਣ ਲਈ। ਜਿਵੇਂ ਵਿਦਿਆਰਥੀ ਅੱਗੇ ਹੋਰ ਡੂੰਘੇ ਹੋ ਜਾਣਗੇ, ਆਪਣੇ ਆਪ ਆਪਣੇ ਡੂੰਘਾ ਗਿਆਨ ਅੱਗੇ ਮਿਲੀ ਜਾਵੇਗਾ। ਅਤੇ ਆਓ, ਜਿਵੇਂ ਪਾਤਸ਼ਾਹ ਕਿਰਪਾ ਕਰਨਗੇ, ਜਿਉਂ ਬੁਲਾਵੈ ਤਿਉਂ ਬੋਲਿਆ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਆਓ, ਇਸ ਗ੍ਰੰਥ ਦੇ ਵਿੱਚ ਚਾਰ ਸਰਵਣ ਕਰੀਏ ਜੀ। ਦੋਹਰਾ ਗੌਰੀ ਪੁੱਤਰ ਗਣੇਸ਼ ਪਾਦ ਬੰਦੋ ਬਾਰੰਬਾਰ। ਗੌਰੀ ਪੁੱਤਰ, ਗੌਰੀ ਪਾਰਵਤੀ ਦੇ, ਪਾਰਵਤੀ ਦੇ ਬੇਟੇ, ਪੁੱਤਰ ਕੌਣ? ਗਣੇਸ਼ ਜੀ। ਉਹਨਾਂ ਦੇ ਚਰਨਾਂ 'ਤੇ ਮੈਂ ਵਾਰ ਵਾਰ ਮੁੜ ਮੁੜ ਕੇ ਮੱਥਾ ਟੇਕਦਾ ਹਾਂ, ਚਰਨ ਵੰਦਨਾ ਕਰਦਾ। ਕਿਉਂ ਜੀ? ਇੱਥੇ ਹੁਣ ਕਈ ਕਿੰਤੂ ਕਰਨਗੇ ਜੀ, ਇੱਥੇ ਗਣੇਸ਼ ਦੇ ਕਿਆ ਮਤਲਬ ਆ ਗਿਆ ਸਿੱਖ ਧਰਮ ਵਿੱਚ? ਖਾਲਸਾ ਜੀ ਲਿਖਾਰੀਆਂ ਵਿੱਚ ਗਣੇਸ਼ ਨੂੰ ਵੱਡਾ ਲਿਖਾਰੀ ਮੰਨਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਿਆਨ ਕੀਤਾ ਹੈ, ਜੇ ਰੱਬ ਦਾ ਜਸ ਲਿਖਣਾ ਹੋਵੇ ਤਾਂ ਕੋਟ ਗਣੇਸ਼, ਕਰੋੜਾਂ ਗਣੇਸ਼ ਵੀ ਆ ਜਾਣ, ਉਹਦਾ ਜਸ ਨਹੀਂ ਹੋ ਸਕਦਾ। ਪਰ ਫਿਰ ਵੀ ਗ੍ਰੰਥ ਕਵੀ ਜੀ ਨੇ ਪੂਰਾ ਕਰਨਾ, ਸ਼ੁਰੂ ਕਰਨਾ ਨਾ। ਅਤੇ ਪਹਿਲਾਂ ਲਿਖਾਰੀ ਜੋ ਗਣਾਂ ਦੇ ਈਸ਼ ਹਨ, ਗਣੇਸ਼ ਗਣਾਂ ਦੇ ਈਸ਼, ਗਣਾਂ ਦੇ ਮਾਲਕ ਹਨ ਗਣੇਸ਼ ਜੀ। ਹੁਣ ਗਣੇਸ਼ ਕੇਵਲ ਮੂਰਤੀ ਨਹੀਂ, ਇੱਕ ਸ਼ਕਤੀ ਹੈ ਜੋ ਲਿਖਣ ਵਿੱਚ ਫੁਰਤੀ ਆਵੇ। ਗਣੇਸ਼ ਕੀ ਸ਼ਕਤੀ ਹੈ ਨਾ, ਬਖਸ਼ਿਸ਼ ਹੈ। ਹੁਣ ਸਾਡੇ ਲਈ ਤਾਂ ਗਣੇਸ਼ ਅਕਾਲ ਪੁਰਖ ਹੀ ਨਾ, ਅਸੀਂ ਧਿਆਨ ਤਾਂ ਉਧਰ ਕਰਨਾ। ਤੁਸੀਂ ਧਿਆਨ ਧਾਰਨ ਕਰੋਗੇ ਅਕਾਲ ਪੁਰਖ ਦਾ, ਸ਼ਕਤੀ ਦਾ, ਤੁਹਾਡੇ ਧਿਆਨ 'ਚ ਉਹੀ ਸ਼ਕਤੀ ਆਵੇਗੀ ਨਾ। ਧਿਆਨ ਦੀ ਸ਼ਕਤੀ ਸਾਰੀ, ਜਦੋਂ ਲਿਖਣ ਵੇਲੇ ਧਿਆਨ ਧਾਰਨ ਕਰੋ ਅਕਾਲ ਪੁਰਖ ਪਰਮਾਤਮਾ, ਉਹਦਾ ਨਾਮ ਗਣੇਸ਼ ਪੈ ਗਿਆ, ਕਈ ਨਾਮ ਪੈ ਗਏ, ਸ਼ਕਤੀ ਦਾ ਹੈ ਨਾ। ਉਹ ਸ਼ਕਤੀ ਦਾ ਧਿਆਨ ਕਰਨਾ ਹੈਂਡ ਰਾਈਟਿੰਗ ਵਿੱਚ, ਲਿਖਤੀ ਵਿੱਚ ਬੜੀ ਕਹਿ ਲਓ ਰਵਾਨਗੀ ਆਉਂਦੀ ਹੈ, ਪ੍ਰਫੁੱਲਤਾ ਆਉਂਦੀ ਹੈ, ਐਨ ਇਸ ਤਰ੍ਹਾਂ ਰਵਾਨਗੀ ਬੰਦਾ ਫਟਾਫਟ ਲਿਖੀ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਵਾਕ ਸ਼ਕਤੀ ਹੈ ਉਹ ਸਰਸਵਤੀ ਹੈ, ਲਿਖਣ ਸ਼ਕਤੀ ਗਣੇਸ਼, ਗਣ ਈਸ਼, ਕਿਵੇਂ ਛੰਦਬੰਦ ਲਿਖਣੇ ਹਨ ਉਹ ਕੀ ਹੈ ਗਣੇਸ਼, ਉਹਨਾਂ ਦਾ। ਅਤੇ ਐਸੇ ਗਣੇਸ਼ ਜੀ ਜੋ ਗਣ ਦੇ ਈਸ਼ ਹਨ, ਉਸ ਸ਼ਕਤੀ ਨੂੰ ਮੈਂ ਮੁੜ ਮੁੜ ਕੇ ਮੱਥਾ ਟੇਕਦਾ ਹਾਂ, ਨਮਸਕਾਰ ਕਰਦਾ ਹਾਂ। ਕਾਰਜ ਕੀਜੈ ਸਿੱਧ ਮਾਮ ਦੇਹੋ ਸੁਬੁੱਧ ਉਦਾਰ। ਐ ਰੱਬ ਜੀ, ਤੁਸੀਂ ਮੇਰੇ ਗਣੇਸ਼ ਹੋ, ਐ ਗੁਰੂ ਪਾਤਸ਼ਾਹ ਕਿਰਪਾ ਕਰਨਾ, ਤੁਸੀਂ ਮੇਰੇ ਗਣੇਸ਼ ਹੋ ਮਹਾਰਾਜ, ਤੁਸੀਂ ਮਹਾਰਾਜ ਸ਼ਕਤੀ ਦੇਣ ਵਾਲੇ ਹੋ, ਮੇਰਾ ਕਾਰਜ ਸਿੱਧ ਕਰਨਾ, ਪਾਤਸ਼ਾਹ ਪੂਰਾ ਕਰ ਦੇਣਾ। ਪਾਤਸ਼ਾਹ ਜਿਹੜਾ ਆਰੰਭ ਕੀਤਾ ਹੈ, ਸ੍ਰੇਸ਼ਟ ਬੁੱਧੀ ਦੇ ਕੇ ਕਾਰਜ ਪੂਰਾ ਕਰੋ। ਦੋਹਰਾ ਜਾ ਕੇ ਨਾਮ ਪ੍ਰਤਾਪ ਤੇ ਜਲ ਪਰ ਸੈਲ ਤਰਾਂ ਹੈ। ਜਿਸ
रब दे ना रब कौन उदो रामचंद्र जी रमे हुए परमात्मा जी उदो रघुपत रघु उदो पति जिस रब दे नाम दे प्रताप करके पानी उत्ते सैल तराहे पत्थर तैरे सन जिवें रवालसर साहब भी पत्थर तैरते बख्शिश है ना भगती करके इस तरह जिस जल उत्ते रब का नाम लिखा गया राम राम लिखा गया जिस पत्थर उत्ते पत्थर तैरे पहले तो पत्थर रब ने अपने हथी रखे तैरनी नाम की कला देखो तैरी देखो की कला है कि पहला रब ने राम जी ने अपने हथी पत्थर रखे वो तैरे ने डुब गए राम का नाम लिख के बार रमिया होया परमात्मा वो लिख के पाया रमिया होया रब को पानी भी उ है पानी तैर गए जिस करके खालसा जी रब का नाम जपन नाल नाम के प्रताप करके पानी उत्ते पत्थर भी तैरे सन वह रघुनायक दास के सदा बसै मम मान ऐसे रमे हुए परमात्मा मेरे हिरदे च आके वसन राम विच भी उही जोत है जोत रब दी उही है सतजुग तै माण्यो छल्यो बल बावन पायो त्रितै तै माण्यो राम रघुवंश कहायो द्वापर किसन मुरार कंस किरतारथ कियो उग्र सैन को राज अपै भगतैन जन दियो कलयुग प्रमाण नानक गुर अंगद अमर कहायो ऐसे गुरु पातशाह कोई रूप हन ते ऐसे गुरु पातशाह दे चरणा उत्ते मैं मत्था टेकदा हाँ दोहरा गुर गुरु नानक गोबिंद गुर जासम और न कोई गुरु नानक पातशाह तो गुरु गोबिंद सिंह महाराज दस गुरु समान जोत ओहा जुग साज सहकाया फेर पलटी है ऐसे गुरु पातशाह गुरु नानक पातशाह तरह के गुरु गोबिंद सिंह महाराज तक जिन्हों वर्गा होर कोई नहीं है ऐसे गुरु पातशाह के चरणों उत्ते आप बंदन पद कमल तिन जोर सदा कर दो ऐ गुरु महाराज तुहाड़े चरण कमलों उत्ते मैं दोवें हाथ जोड़ के मत्था टेकना पाचा हमेशा ही मेरा ध्यान तुहाड़े चरण कमलों नाल जुड़िया रवे दोहरा भारत भूमि पुनीत पद तपो ज्ञान अवतार ये भारत भूमि बड़ी पुनीत है तपो तपस्या दे ज्ञान दे जड़े अवतार हन नाम सिंह गुरु को नमो मान सिंह गुरु को नमो तारण करुणा सार ओ मेरे उस्ताद मेरे गुरु मान सिंह जी हैं उन्हां दे गुरु गुरु पातशाह दे चरणां उत्ते मत्था टेकदा हाँ जिहड़े मैनूं कृपा करके तारन वाले हन श्रेष्ठ ज्ञान देण वाले हन ऐसे गुरु पातशाह दे चरणां उत्ते मैं मत्था टेकदा हाँ ते इत्थे ग्रंथ दी शुरुआत होई है आप जी कृपा करन परमात्मा कालपुर महाराज जी में शुरुआत करवाई है उवें महाराज टिका बख्शिश करन आनंद देण ਸਾਡੇ ਹਿਰਦੇ ਵਿੱਚ ਹੀ ਮਹਾਰਾਜ ਵਿਵੇਕ ਅਵਿਵੇਕ ਦਾ ਜਿਹੜਾ ਯੁੱਧ ਹੋ ਰਿਹਾ ਸੰਕਲਪ ਵਿਕਲਪ ਉਹ ਮਹਾਰਾਜ ਆਪ ਟਿਕਾ ਕੇ ਆਪਣੀ ਚੜ੍ਹਦੀ ਕਲਾ ਪ੍ਰਦਾਨ ਕਰਨ ਜੀ ਕਿਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।